ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਉਰਵਸ਼ੀ ਜੈਨ ਅਤੇ ਤੁਸੀਂ ਵੇਖ ਰਹੇ ਹੋ ਆਪਣਾ ਫੇਵਰੇਟ ਸ਼ੋਅ 1 ਤੇ 1 11। ਨਵੇਂ ਸਾਲ 'ਚ ਅਸੀਂ ਕਦਮ ਰੱਖ ਚੁੱਕੇ ਹਾਂ। ਨਵੇਂ ਸਾਲ ਦੇ ਤੋਹਫੇ ਬਹੁਤ ਸਾਰੇ ਤੁਹਾਨੂੰ ਮਿਲੇ ਸਾਡੇ ਚੈਨਲ ਵੱਲੋਂ। ਅੱਜ ਇੱਕ ਨਾਇਆਬ ਤੋਹਫਾ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ। ਕਹਿੰਦੇ ਨੇ 13 ਨੰਬਰ ਬੜਾ ਅਨਲੱਕੀ ਹੈ, ਪਰ ਸਾਡੇ ਲਈ, ਸਾਡੇ ਇਸ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਲਈ ਅਸੀਂ ਚਾਹਾਂਗੇ ਕਿ 13 ਨੰਬਰ ਤੁਹਾਡੇ ਲਈ ਯਾਦਗਾਰੀ ਹੋਵੇ। ਨਵੇਂ ਸਾਲ ਦਾ ਆਗਾਜ਼ ਉਹਨਾਂ ਸ਼ਖਸੀਅਤਾਂ ਨਾਲ ਕਰਾਂਗੇ ਜੋ ਸਾਡੇ ਲਈ ਅੱਜ ਲਿਵਿੰਗ ਲੈਜੈਂਡ ਨੇ। ਸਾਡੀ ਮੁਰਾਦ ਹੈ ਸਾਡੇ ਨਾਲ ਅੱਜ ਜੁੜੇ ਨੇ ਜੀ, ਉਹ ਸ਼ਖਸ ਜੋ ਬਿਹਤਰੀਨ ਐਕਟਰ ਨੇ, ਸਿੰਗਰ ਨੇ, ਫਿਲਮ ਪ੍ਰੋਡਿਊਸਰ ਨੇ, ਜਿਨ੍ਹਾਂ ਨੇ ਅੱਜ ਪੰਜਾਬੀ ਸਿਨੇਮਾ ਜੋ ਗੋਲਡਨ ਦੌਰ ਤੋਂ ਗੁਜ਼ਰ ਰਿਹਾ ਹੈ ਉਹ ਉਹਨਾਂ ਦੀ ਦੇਣ ਹੈ। ਉਹ ਦਰਵਾਜ਼ਾ ਉਹਨਾਂ ਨੇ ਖੋਲ੍ਹਿਆ ਸੁਨਹਿਰੇ ਦੌਰ ਦਾ। ਜੀ ਹਾਂ, ਮੇਰੀ ਮੁਰਾਦ ਮਾਨ ਸਾਹਿਬ ਹਰਭਜਨ ਮਾਨ ਜੀ। ਜੀ ਆਇਆਂ ਨੂੰ ਹਰਭਜਨ ਮਾਨ ਜੀ, ਬਹੁਤ ਬਹੁਤ ਸਵਾਗਤ ਹੈ ਮਾਨ ਸਾਹਿਬ। ਸਤਿ ਸ਼੍ਰੀ ਅਕਾਲ। ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤੁਹਾਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਬਾਦ। ਤੁਹਾਨੂੰ ਵੀ, ਜੋ ਦੁਨੀਆ ਭਰ ਦੇ ਵਿੱਚ ਜੋ MH1 ਚੈਨਲ ਦੇਖ ਰਹੇ ਨੇ, ਸਭ ਦੇਖਣ ਵਾਲੇ ਦਰਸ਼ਕਾਂ ਨੂੰ ਨਵੇਂ ਵਰ੍ਹੇ ਦੀ ਬਹੁਤ ਮੁਬਾਰਕਬਾਦ, ਔਰ ਮਾਲਕ ਸਭ ਨੂੰ ਖੁਸ਼ੀਆਂ, ਖੇੜੇ, ਕਾਮਯਾਬੀਆਂ, ਸੁੱਖ ਸ਼ਾਂਤੀ ਦੀ ਮੈਂ ਦੁਆ ਕਰਦਾ ਜੀ। ਦੋਸਤੋ, ਵੈਸੇ ਤਾਂ ਦਸਤੂਰ ਹੈ ਇਸ ਪ੍ਰੋਗਰਾਮ ਦਾ ਕਿ ਅਸੀਂ ਹੀ ਤੁਹਾਨੂੰ ਤੋਹਫੇ ਦਿੰਦੇ ਹਾਂ, ਪਰ ਅੱਜ ਮਾਨ ਸਾਹਿਬ ਸਾਡੇ ਲਈ ਤੋਹਫਾ ਲੈ ਕੇ ਆਏ ਹੈ, ਅਤੇ ਕਿਉਂ ਨਾ ਅਸੀਂ ਜਾਣੀਏ ਕਿ ਉਹ ਖਾਸ ਤੋਹਫਾ ਕੀ ਲੈ ਕੇ ਆਇਆ। ਮਾਨ ਸਾਹਿਬ, ਸੁਣਿਆ ਕਿ ਤੁਸੀਂ ਸਾਡੇ ਲਈ ਇੱਕ ਅਜਿਹੇ ਸ਼ਖਸ ਨਾਲ ਸਾਡੀ ਮੁਲਾਕਾਤ ਕਰਵਾਉਣ ਜਾ ਰਹੇ ਹੋ ਜਿਨ੍ਹਾਂ ਨਾਲ ਕਹਿੰਦੇ ਸੁਭਾਗਾ ਨਾਲ ਮੁਲਾਕਾਤ ਹੁੰਦੀ ਹੈ, ਅਤੇ ਬੜੇ ਮੋਤੀ ਦਾਨ ਕਿਤੇ ਹੋਣੇ, ਕੋਈ ਅਸੀਂ ਵੀ ਬੜੇ ਸੋਹਣੇ ਕਹਿੰਦੇ, ਫਿਰ ਜੋੜੀਆਂ ਹੁੰਦੀਆਂ, ਪਰ ਮੋਤੀ ਦਾਨ ਕਹਿੰਦੇ ਸਬਬ ਨਾਲ ਮਿਲਦੀ ਹੈ ਜਿਨ੍ਹਾਂ ਨੂੰ ਆਤਮਾ ਵੀ ਸੋਹਣੀ ਮਿਲ ਜਾਏ। ਮੈਂ ਸਮਝਦਾ ਕਿ ਜਿੰਨੇ ਦਰਸ਼ਕ ਜਿੱਥੇ ਉਹ ਇਹ ਚੀਜ਼ ਨੂੰ ਮਹਿਸੂਸ ਕਰਨਗੇ ਕਿ ਅੱਜ ਦਾ ਦਿਨ ਉਹਨਾਂ ਲਈ ਬੜਾ ਸੁਭਾਗਾ ਹੈ, ਬੜਾ ਖੁਸ਼ਕਿਸਮਤੀ ਵਾਲਾ, ਉੱਥੇ ਸਭ ਤੋਂ ਵਡਭਾਗਾ ਅਤੇ ਸਭ ਤੋਂ ਖੁਸ਼ਕਿਸਮਤ ਮੈਂ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਕਿ ਜਿਸ ਆਵਾਜ਼ ਨੇ ਕੋਈ ਤਕਰੀਬਨ ਪਿਛਲੇ 30-35 ਸਾਲਾਂ ਤੋਂ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪੰਜਾਬੀ ਸੰਗੀਤ ਨੂੰ, ਅੱਛੇ ਸੰਗੀਤ ਨੂੰ, ਗਜ਼ਲ ਨੂੰ ਪਿਆਰ ਕਰਨ ਵਾਲੇ ਲੋਕ ਬੈਠੇ ਨੇ, ਉਹਨਾਂ ਨੇ ਬਹੁਤ ਭਲੀ ਭਾਂਤ ਚੰਗੀ ਤਰ੍ਹਾਂ ਜ਼ਰੂਰ ਇਹ ਨਾਂ ਸੁਣਿਆ ਹੋਏਗਾ, ਅਤਾਉਲਾ ਖਾਨ ਸਾਹਿਬ। ਉਹ ਇਤਫਾਕਨ ਅੱਜ ਇੰਡੀਆ ਆਏ ਹੋਏ ਨੇ, ਅਤੇ ਮੈਂ ਜਿਹੜੀ ਸ਼ਖਸੀਅਤ ਨੂੰ, ਜਿਹੜੀ ਰੂਹ ਨੂੰ ਤਕਰੀਬਨ ਪਿਛਲੇ 25-30 ਸਾਲਾਂ ਤੋਂ ਲੱਭ ਰਿਹਾ ਸੀ ਕਿ ਕਿਤੇ ਜ਼ਿੰਦਗੀ ਦੇ ਵਿੱਚ ਮਾਲਕ ਕਰੇ ਮੇਰੀ ਵੀ ਉਹਨਾਂ ਨਾਲ ਮੁਲਾਕਾਤ ਹੋਵੇ। ਅੱਜ ਤੱਕ ਜੇ ਮੇਰੇ ਘਰ ਦੇ ਵਿੱਚ ਕੋਈ ਕੈਸਟ CD ਕਾਰਾਂ ਦੇ ਵਿੱਚ ਚੱਲਦੀ ਹੈ, ਜਾਂ ਜਿਹੜੀ ਸਭ ਤੋਂ ਵੱਧ ਮੈਂ ਲੌਕ ਕਰਕੇ ਚੰਗੀ ਤਰ੍ਹਾਂ ਜਿਹੜੀਆਂ ਚੀਜ਼ਾਂ ਸੰਭਾਲ ਕੇ ਰੱਖੀਆਂ ਹੋਈਆਂ ਉਹਨਾਂ ਦੇ ਵਿੱਚ ਉਹਨਾਂ ਦੀਆਂ ਕਸੈਟਸ CDs, ਅਤੇ ਉਹ ਇੱਕ ਲੈਜੈਂਡਰੀ, ਜਿਹੜਾ ਲਿਵਿੰਗ ਲੈਜੈਂਡ ਆਵਾਜ਼ ਹੈ, ਜਿਹੜਾ ਸੰਗੀਤ ਹੈ, ਅਤੇ ਜਿਸ ਨੂੰ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਫਾਲੋ ਕੀਤਾ, ਉਹਨਾਂ ਦੀਆਂ ਕੰਪੋਜੀਸ਼ਨਸ ਮੈਂ ਗਾਈਆਂ, ਉਹਨਾਂ ਦੀਆਂ ਜਿਹੜੀ ਇੱਕ ਸਿਰ ਤੋਂ ਲੈ ਕੇ ਪੈਰਾਂ ਤੱਕ ਮੈਂ ਉਹਨਾਂ ਦੀ ਗਾਇਕੀ ਦਾ ਅਸਰ ਕਬੂਲਿਆ ਆਪਣੇ ਆਪ 'ਤੇ, ਅਤੇ ਉਹ ਅੱਜ ਅਜ਼ੀਮ ਸ਼ਖਸੀਅਤ, ਮਾਲਕ ਦਾ ਕਰਮ ਹੈ ਕਿ ਉਹ ਸਾਡੇ ਸਟੂਡੀਓ ਵਿੱਚ, ਸਾਡੇ ਅੱਜ ਇੱਥੇ MH1 ਦੇ ਸਟੂਡੀਓ ਪਹੁੰਚੇ ਨੇ, ਅਤੇ ਪੂਰੇ ਜਿਹੜੇ ਦਰਸ਼ਕ ਦੁਨੀਆ ਭਰ ਦੇ ਵਿੱਚ ਇਸ ਵਕਤ ਬੈਠੇ ਨੇ, ਅਸੀਂ ਚਾਹਵਾਂਗੇ ਕਿ ਤੁਸੀਂ ਆਪਣੇ ਘਰ ਜ਼ਰੂਰ ਮੱਲੋ ਮੱਲੀ ਤੁਸੀਂ ਖੁਦ ਤਾੜੀ ਵਜਾਈ ਹੋਣੀ ਹੈ, ਜਾਂ ਤੁਸੀਂ ਉਹਨਾਂ ਦਾ ਨਾਮ ਸੁਣਿਆ ਹੋਣ, ਅਤੇ ਉਹਨਾਂ ਨੂੰ ਵੈਸੇ ਤੁਸੀਂ ਦੇਖੋਗੇ ਤਾਂ ਤੁਹਾਡੇ ਨਾਲ ਗੱਲਾਂ ਬਾਤਾਂ ਜ਼ਿੰਦਗੀ ਦੇ, ਉਹਨਾਂ ਦੇ ਸਫ਼ਰ ਦੀਆਂ, ਜਰਨੀ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨਗੇ। ਅਤੇ ਮੇਰੀ ਮੁਰਾਦ ਅਤਾਉਲਾ ਖਾਨ ਸਾਹਿਬ, ਅਸੀਂ ਤੁਹਾਨੂੰ ਖੁਸ਼ ਆਮਦੀਦ, ਸਵਾਗਤਮ ਜੀ ਐਨ ਵਾਰ, ਆਪ ਸਲਾਮਤ ਰਹੇ। ਇਸ ਮੁਹੱਬਤ ਦਾ ਸ਼ੁਕਰੀਆ, ਖਾਸ ਤੌਰ 'ਤੇ ਤੁਹਾਡੇ ਜਿਹੜੇ ਵੇਖਣ ਵਾਲੇ ਨੇ ਉਹਨਾਂ ਨੂੰ ਮੇਰੀ ਤਰਫੋਂ ਵੀ ਨਵੇਂ ਸਾਲ ਦੀ ਮੁਬਾਰਕ ਹੋਵੇ। ਮਾਨ ਸਾਹਿਬ, ਮੈਂ ਕਹਾਂਗੀ ਇੰਨੀ ਛੋਟੀ ਉਮਰ 'ਚ ਤੁਸੀਂ ਮੇਰਾ ਉਹ ਸੁਪਨਾ ਪੂਰਾ ਕੀਤਾ, ਮੈਂ ਸੋਚਦੀ ਸੀ ਪਤਾ ਨਹੀਂ ਕਦੇ ਪੂਰਾ ਹੋਏਗਾ ਜਾਂ ਨਹੀਂ, ਜੋ ਤੁਸੀਂ ਖਾਨ ਸਾਹਿਬ ਨਾਲ ਅੱਜ ਤੁਹਾਡੀ ਮੁਲਾਕਾਤ ਕਰਵਾ ਦਿੱਤੀ। ਥੈਂਕ ਯੂ ਸੋ ਵੈਰੀ ਮੱਚ। ਮੇਰਾ ਖੁਦ ਜੀ, ਮੈਂ ਜਿਸ ਤਰ੍ਹਾਂ ਕਿਹਾ ਕਿ 86-87 ਦੇ ਵਿੱਚ ਟੋਰਾਂਟੋ ਪਹਿਲੀ ਵਾਰ ਇੱਕ ਦੋਸਤ ਸੀ ਪਾਕਿਸਤਾਨ ਤੋਂ, ਉਹਨਾਂ ਨੇ ਮੈਨੂੰ ਕਸੈਟ ਦਿੱਤੀ ਜੀ, ਉਨੀ ਦਿਨੀ ਕਸੈਟ ਦਾ ਜ਼ਮਾਨਾ ਸੀ, ਅਤੇ ਉਂਝ ਪਿੰਡੀ ਅਤੇ ਪਸ਼ੌਰ ਲੰਘ ਜਾਂਦਾ, ਈਸਾ ਖੇਲੀ ਦੂਰ 'ਤੇ ਨਹੀਂ, ਅਤੇ ਵੇ ਬੋਲ ਸਾਂਵਲ ਨਾ ਰੋਲੀ ਸਾਨੂੰ, ਅਤੇ ਮੈਨੂੰ, ਮਤਲਬ ਮੈਨੂੰ ਯਾਦ ਹੈ ਜੀ ਕਿ ਮੈਂ ਸਾਰਾ ਜਦੋਂ ਜਿਉਂ ਮੈਨੂੰ ਕੈਸਟ ਮਿਲੀ, ਅਤੇ ਜਿਵੇਂ ਤੁਹਾਨੂੰ ਕੋਈ ਇੱਕ ਆਵਾਜ਼ ਹੌਂਟ ਨਹੀਂ ਕਰਦੀ ਹੁੰਦੀ, ਇਹਨਾਂ ਦਾ ਜਿਹੜਾ ਕੰਪੋਜੀਸ਼ਨ ਸੀ, ਗਾਉਣ ਦਾ ਜਿਹੜਾ ਲਹਿਜ਼ਾ ਸੀ, ਸਟਾਈਲ ਸਾਰਾ, ਅਤੇ ਮੈਂ ਵੀ ਤਦ ਦਾ ਢੂੰਡ ਰਿਹਾ ਜੀ, ਪਰ ਜਿਸ ਤਰ੍ਹਾਂ ਕਿ ਹਰ ਇੱਕ ਚੀਜ਼ ਇੱਕ ਵਕਤ ਜਦੋਂ ਮਿਲਣਾ ਤੁਸੀਂ ਉਹਦੀ ਮੁਲਾਕਾਤਾਂ ਹੋਣੀਆਂ, ਅਤੇ ਮੈਨੂੰ ਖੁਸ਼ੀ ਹੈ ਕਿ ਆਪਾਂ ਸਾਰੇ, ਔਰ ਸਾਰੇ ਸਾਡੇ ਦਰਸ਼ਕ ਪੰਜਾਬੀ ਜਿਨ੍ਹਾਂ ਨੇ ਇੰਨੇ ਚਿਰ ਤੋਂ ਇਹਨਾਂ ਦੀਆਂ ਆਵਾਜ਼ਾਂ ਨੂੰ, ਗੀਤਾਂ ਨੂੰ ਸੁਣਿਆ, ਉਹ ਵੀ ਰੂਬਰੂ ਨਾਲ ਹੋਏ ਨੇ ਜੀ। ਬਿਲਕੁਲ ਸਹੀ ਕਿਹਾ ਤੁਸੀਂ। ਦੋਸਤੋ, ਇੱਕ ਕਲਾਕਾਰ ਹੀ ਹੁੰਦਾ ਹੈ ਜੋ ਸਰਹੱਦਾਂ ਨੂੰ ਛੋੜ ਕੇ ਭਾਈਚਾਰੇ ਨੂੰ ਇੱਕ ਕਰਦਾ ਹੈ।
पाकिस्तान की सरजमी तो अज हिंदुस्तान की सरजमी ते आए ने और सानू मेहमान नवाजी का मौका दिता है अताउल्ला खान साहब ने। हारमोनीयम सामने पे है, खान साहब बैठे ने, तो असं चाहवांगे साढ़े इस खास कार्यक्रम का आगाज़ खान साहब असी तुहाडी इस खूबसूरत आवाज़ और एक नज़म नाल हो जाए। मुंदरी दथेवा सारी उम्र करूं मैं तेरी सेवा निखाबों विच आण वाली निखाबों विच आण वाली ए नथली नकदी नथली ए नथली नकदी नथली तेरी वीणी गोरी पतली ते वंगा नाले छिणक दिया ते वंगा नाले छिणक दिया ए नथली नकदी नथली वाली कन दी वाली ए वाली कन दी वाली सोनी लगदी कमीज उनू काली नी चन जे मुखड़े ते नी गोरे चिट्टे मुखड़े ते ए थे वा मुंदरी दथेवा सारी उम्र करूं मैं तेरी सेवा निखाबों विच आण वाली निखाबों विच आण वाली। क्या बात है, सुपना जिहा लगता पे है, पर जो तुसी विदेशों की सरजमी ते किते गए, तुसी परफॉर्मेंसेस ले गए अपनी मिट्टी नू, अपने लाहौर नू, केड़ा गीत सी जो तुसी उनू बयान तुहानू सुकून दिंदा सी तुहाडे जहन नू जो तुसी उस गीत बारे सोचदे सी? और मेरियां अखां ने, मैं बेसिकली ते मियां वाली तो रहण वाला जी, जिहड़ा जिथे जम पल हुंदा है वो उस धरती नाल उस मिट्टी नाल खास लगाव हुंदा। ਅਤੇ ਲਾਹੌਰ ਨੇ ਮੈਨੂੰ ਜਵਾਨ ਕੀਤਾ, ਹੌਸਲਾ ਦਿੱਤਾ, ਹਿੰਮਤ ਦਿੱਤੀ, ਸ਼ਊਰ ਦਿੱਤਾ, ਅੱਖਾਂ ਦਿੱਤੀਆਂ ਨੇ। ਅਤੇ ਜਿਹੜੇ ਇਲਾਕੇ 'ਚ ਮੈਂ ਪੈਦਾ ਹੋਇਆ ਉਹਦਾ ਨਾਂ ਈਸਾ ਖੇਲ ਹੈ। ਮੈਂ ਜਦੋਂ ਲਾਹੌਰ 'ਚ ਆ ਕੇ ਸੈਟਲ ਹੋਇਆ ਤਾਂ ਲਾਹੌਰ ਫਿਰ ਕੁਝ ਇੰਝ ਲੱਗਦਾ ਸੀ ਮੈਨੂੰ ਆਵਾਜ਼ਾਂ ਆਉਂਦੀਆਂ ਨੇ ਪਿੱਛੇ, ਮੈਂ ਤੁਹਾਨੂੰ ਸੁਣਾਉਂਦਾ ਹਾਂ। ਛੋੜ ਲਾਹੌਰ ਦੇ ਬੰਗਲੇ ਸੋਹਣਾ ਚੰਗਾ ਏ ਆਪਣਾ ਸ਼ਾਰ ਵਿਆ ਮੀਆਂ ਵਾਲੀ ਰਵਾਂ ਦਿਲ ਦਾ। ਕੀ ਬਾਤ ਹੈ, ਛੋੜ ਲਾਹੌਰ ਦੇ ਬੰਗਲੇ ਸੋਹਣਾ ਚੰਗਾ ਏ ਆਪਣਾ ਸ਼ਾਰ ਵਿਆ ਮੀਆਂ ਵਾਲੀ ਰਵਾਂ ਦਿਲ ਦਾ। ਮਾਨ ਸਾਹਿਬ, ਤੁਹਾਡੀ ਖਾਨ ਸਾਹਿਬ ਨਾਲ ਸਬੱਬ ਕਿੱਦਾਂ ਬਣਿਆ ਮਿਲਣ ਦਾ? 2010 ਦੇ ਵਿੱਚ ਜੀ ਲੰਡਨ ਇੰਗਲੈਂਡ ਸ਼ੋਜ਼ ਕਰਨ ਗਿਆ ਹੋਇਆ ਸੀ, ਅਤੇ ਫਿਰ ਉੱਥੇ ਇਹਨਾਂ ਦਾ ਬੇਟਾ ਜੋ ਇਸ ਵਕਤ ਖੁਦ ਬਹੁਤ ਅੱਛਾ ਗਾ ਰਿਹਾ ਔਰ ਸਾਂਬਲ, ਉਹਨਾਂ ਨਾਲ ਮੇਰੀ ਮੁਲਾਕਾਤ ਹੋਈ। ਮੈਂ ਉਸ ਵਕਤ ਵੀ ਮੈਂ ਕਿਹਾ ਯਾਰ ਜੇ ਕੁਦਰਤ ਨੇ ਕਿਤੇ ਸਬੱਬ ਬਣਾਇਆ ਤਾਂ ਮੇਰੀ ਦਿਲ ਦੀ ਇਹ ਖੁਆਇਸ਼ ਹੈ ਕਿ ਮੈਂ ਉਹਨਾਂ ਨਾਲ ਕਿਤੇ ਮੇਰੀ ਵੀ ਮੁਲਾਕਾਤ। ਮੈਨੂੰ ਇਸ ਗੱਲ ਦਾ ਹੋਰ ਵੀ ਚਾਅ ਹੋਇਆ ਕਿ ਉਹਨੇ ਦੱਸਿਆ ਪਾਪਾ ਤੁਹਾਨੂੰ ਜਾਣਦੇ ਨੇ, ਤੁਹਾਡੇ ਗਾਣੇ ਬਾਰੇ ਵਾਕਫ ਨੇ, ਕਿਉਂਕਿ ਬਹੁਤ ਸਾਰੀਆਂ ਕੰਪੋਜੀਸ਼ਨ ਜਿਹੜੀਆਂ ਇਹਨਾਂ ਦੀਆਂ ਗਾਈਆਂ ਨੇ ਕਈ ਵਾਰੀ ਉਹਨਾਂ ਦੇ ਵਰਡ ਚੇਂਜ ਕਰਕੇ, ਅਤੇ ਕਿਉਂਕਿ ਉਹ ਇਹਨਾਂ ਤੋਂ ਇੰਨਾ ਜ਼ਿਆਦਾ ਮੈਂ ਪ੍ਰਭਾਵਿਤ ਸੀ, ਅਤੇ ਉਹ ਗਾਇਕੀ ਉਹ ਸਟਾਈਲ ਮੈਨੂੰ ਸੂਟ ਵੀ ਇੰਨਾ ਕਰਦਾ ਸੀ। ਔਰ ਜਿਸ ਤਰ੍ਹਾਂ ਮੇਰਾ ਇੱਕ ਫਿਲਮ ਦੇ ਵਿੱਚ ਗਾਣਾ ਸੀ, ਚੰਨ ਨਾਲ ਚਾਨਣੀ ਤਾਰੇ ਨਾਲ ਲੋ ਮਾਇਆ ਤੇਰੀਆਂ ਮੈਂ ਤੇਰੀ ਸੋਹਣਿਆ ਮੈਂ ਕਮਲਾ ਨਾਇਆ। ਤਾਂ ਮੈਂ ਮਤਲਬ ਗਾ ਲੈਂਦਾ ਸੀ ਇਹਨਾਂ ਦੀ ਇਜਾਜ਼ਤ ਤੋਂ ਬਗੈਰ ਵੀ ਕਿਤੇ ਮੁਲਾਕਾਤ ਤਾਂ ਹੋਣੀ, ਪਰ ਮੈਨੂੰ ਇਹ ਸੀਗਾ ਕਿ
ਜ਼ਰੂਰ ਉਹਨੂੰ ਖੁਸ਼ੀ ਹੋਈ ਹੋਊਗੀ ਕਿ ਮੇਰਾ ਗਾਣਾ ਕੋਈ ਗਾਂ ਅੱਗੇ ਕੋਈ ਗਾ ਰਿਹਾ ਤਾਂ। ਮਾਨ ਸਾਹਿਬ ਤੁਸੀਂ ਇੰਨੀਆਂ ਮੈਂ ਕਹਾਂਗੀ ਕਿ ਆਪਣੇ ਲੋਕਰ 'ਚ ਲੋਕ ਕਰਕੇ ਰੱਖਦੇ ਹੋ ਚੀਜ਼ਾਂ, ਉਹਦੇ ਵਿੱਚ ਅਤਾਉਲਾ ਖਾਨ ਸਾਹਿਬ ਦੇ ਜੋ ਹੈ ਗਾਏ ਹੋਏ ਗੀਤ ਨੇ, ਅਜਿਹਾ ਗੀਤ ਅੱਜ ਤੁਹਾਨੂੰ ਮੌਕਾ ਦਿੱਤਾ ਰੱਬ ਨੇ ਕਹਿ ਲਓ, ਖਾਨ ਸਾਹਿਬ ਨੇ ਖੁਦ ਤੁਹਾਨੂੰ ਮੌਕਾ ਦਿੱਤਾ, ਕੋਈ ਅਜਿਹਾ ਗੀਤ ਜੋ ਅੱਜ ਤੁਸੀਂ ਉਹਨਾਂ ਕੋਲੋਂ ਸੁਣਨਾ ਚਾਹੁੰਦੇ ਹੋ? ਬਹੁਤ ਜ਼ਿਆਦਾ ਲਿਸਟ ਹੈ, ਮੈਂ ਕੋਈ ਮਤਲਬ ਸਾਰੀ ਰਾਤ ਬੈਠੀਏ ਤਾਂ ਵੀ ਗੀਤ ਖਤਮ ਨਹੀਂ ਹੋਣਗੇ ਜੀ। ਅਤੇ ਫਿਰ ਵੀ ਮੈਨੂੰ ਬਹੁਤ ਅੱਛਾ ਲੱਗਦਾ ਜੀ, ਅਗਰ ਦੋ ਲਾਈਨਾਂ ਉਹਦੀਆਂ ਗਾ ਦਿਓ ਤਾਂ ਮੇਰੇ ਲਈ ਬਹੁਤ ਖੁਸ਼ਕਿਸਮ ਵਧੀਆ ਲੱਗੂ ਮੈਨੂੰ। ਮੇਰੀ ਸਾਹਮਣੇ ਤੁਸੀਂ ਬੈਠ ਕੇ ਗਾ ਰਹੇ ਹੋ ਕਿ ਸਾਰੀ ਰਾਤ ਰੋਈ ਹਾਂ ਮੈਂ, ਪਲ ਸੁੱਖ ਨਹੀਂ ਪਾਇਆ। ਸਾਰੀ ਰਾਤ ਰੁਨੀ ਮੈਂ, ਸਾਰੀ ਰਾਤ ਰੁਨੀ ਮੈਂ, ਪਲ ਸੁੱਖ ਨਹੀਂ ਪਾਇਆ। ਸੱਚੀ ਦੱਸ ਵੇ ਢੋਣਾ, ਕੱਲ ਕਿਉਂ ਨਹੀਂ ਆਇਆ, ਕੱਲ ਕਿਉਂ ਨਹੀਂ ਆਇਆ। ਸਾਰੀ ਰਾਤ ਰੁਨੀ ਮੈਂ, ਤੇਰੇ ਮਿਲਣ ਦੀ ਕੀਤੀ ਤਿਆਰੀ, ਸੁਰਖੀ ਗਵਾਂਢਣ ਤੂੰ ਮੰਗੀ ਹਮ ਉਧਾਰੀ, ਵੇ ਤੇਰੇ ਮਿਲਣ ਦੀ ਕੀਤੀ ਤਿਆਰੀ, ਸੁਰਖੀ ਗਵਾਂਢਣ ਤੂੰ ਮੰਗੀ ਹਮ ਮਹਿੰਦੀ ਵੀ ਲਾਈ ਤੇ ਕਜਲਾ ਵੀ ਪਾਇਆ। ਸੱਚੀ ਦੱਸ ਵੇ ਢੋਲਾ, ਕੱਲ ਕਿਉਂ ਨਹੀਂ ਆਇਆ, ਕੱਲ ਕਿਉਂ ਨਹੀਂ ਆਇਆ, ਕੱਲ ਕਿਉਂ ਨਹੀਂ ਆਇਆ। ਵਾਕਈ ਇਹ ਪਲ ਬਿਲਕੁਲ ਇਤਿਹਾਸਿਕ ਨੇ, ਔਰ ਇਤਿਹਾਸ ਜੋ ਰਚਿਆ ਜਾ ਰਿਹਾ ਜੋ ਤੁਹਾਡੇ ਸਭ ਦੇ ਸਾਹਮਣੇ ਹੈ, ਬਹੁਤ ਖੂਬਸੂਰਤ ਆਗਾਜ਼। ਦੋ ਲਿਵਿੰਗ ਲੈਜੈਂਡ ਅੱਜ ਸਾਡੇ ਨਾਲ ਨੇ ਮਾਨ ਸਾਹਿਬ, ਕਿਉਂਕਿ ਤੁਸੀਂ ਸਾਡੇ ਨਾਲ ਹੁਣ ਰੁਖਸਤ ਕਰਨ ਵਾਲੇ ਹੋ ਇਸ ਸ਼ੋਅ ਦੇ ਵਿੱਚੋਂ, ਪਰ ਦੋਸਤੋ ਬਹੁਤ ਸਾਰੇ ਸਰਪ੍ਰਾਈਜ਼ ਨੇ ਤੁਹਾਡੇ ਵਾਸਤੇ। ਮਾਨ ਸਾਹਿਬ ਚਾਹਵਾਂਗੇ ਤੁਸੀਂ ਜਾਣ ਤੋਂ ਪਹਿਲਾਂ ਦੋ ਜੋ ਗੱਲਾਂ ਹੈ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ। ਮੈਂ ਸਭ ਤੋਂ ਪਹਿਲਾਂ ਸ਼ੁਕਰੀਆ ਅਦਾ ਕਰਦਾ ਜੀ ਅਤਾਉਲਾ ਖਾਨ ਸਾਹਿਬ ਦਾ, ਕਿ ਛੋਟੇ ਜਿਹੇ ਸਾਡੇ ਸੱਦੇ 'ਤੇ ਵਕਤ ਦਿੱਤਾ ਔਰ ਪਹੁੰਚੇ, ਔਰ ਦੋ ਦਿਨਾਂ ਦੇ ਵਿੱਚ ਹੀ ਮਤਲਬ ਜਿਸ ਤਰ੍ਹਾਂ ਦਾ ਇੱਕ ਪਿਆਰ, ਜਿਸ ਤਰ੍ਹਾਂ ਦੀ ਇੱਕ ਸਾਂਝ, ਇੱਕ ਮੈਂ ਇਹਨਾਂ ਨਾਲ ਮਹਿਸੂਸ ਕਰਦਾ ਸੀ ਇਹਨਾਂ ਦੇ ਗੀਤਾਂ ਦੇ ਜ਼ਰੀਏ, ਉਸ ਤੋਂ ਵੱਧ ਜਿਹੜਾ ਪਿਆਰ ਇੱਕ ਛੋਟੇ ਵੀਰ ਦੀ ਤਰ੍ਹਾਂ, ਭਰਾ ਦੀ ਤਰ੍ਹਾਂ, ਇੱਕ ਬੇਟੇ ਦੀ ਤਰ੍ਹਾਂ ਮੈਨੂੰ ਦਿੱਤਾ, ਔਰ ਮਾਲਕ ਨੇ ਚਾਹਿਆ ਅਤੇ ਇਹਨਾਂ ਦੀ ਗਾਈਡੈਂਸ ਦੇ ਵਿੱਚ ਅੱਗੋਂ ਵੀ ਬਹੁਤ ਸੁਪਨੇ ਨੇ, ਬਹੁਤ ਕੰਮ ਕਰਾਂਗੇ ਇਕੱਠਿਆਂ, ਫਿਲਮਾਂ ਜਾਂ ਐਲਬਮਸ ਵੀ ਕਿਤੇ ਜ਼ਿੰਦਗੀ ਦੇ ਵਿੱਚ, ਇਹ ਵੀ ਇੱਕ ਸੁਪਨਾ ਕਿ ਇਕੱਠੇ ਕੋਈ ਗੀਤ ਵੀ ਗਾਵਾਂਗੇ ਜੀ। ਅਤੇ ਹੁਣ ਮੈਂ ਚਾਹਾਂਗਾ ਇੱਕ ਨਾਲ ਸਰਪ੍ਰਾਈਜ਼, ਜਿਹੜਾ ਅਤਾਉਲਾ ਖਾਨ ਸਾਹਿਬ ਸਾਰੀ ਦੁਨੀਆ ਨੂੰ ਇੱਕ ਬਹੁਤ ਵਧੀਆ ਜਿਹੜਾ ਤੋਹਫਾ ਦੇ ਰਹੇ ਨੇ, ਇਹਨਾਂ ਦਾ ਫਰਜ਼ੰਦ, ਇਹਨਾਂ ਦਾ ਬੇਟਾ ਸਾਂਵਲ, ਉਹ ਵੀ ਬਹੁਤ ਅੱਛਾ ਗਾਉਂਦਾ ਅਤੇ ਨਾਲ ਤਸ਼ਰੀਫ ਲੈ ਕੇ ਆਇਆ, ਅਤੇ ਮੈਨੂੰ ਇੱਦਾਂ ਮਹਿਸੂਸ ਹੁੰਦਾ ਕਿ ਮੈਂ ਜਿਸ ਤਰ੍ਹਾਂ ਉਸਦਾ ਵੱਡਾ ਭਰਾ ਅਤੇ ਉਹ ਮੇਰਾ ਛੋਟਾ ਵੀਰ ਹੈ ਇਹਨਾਂ ਦਾ ਬੇਟਾ, ਅਤੇ ਉਹ ਵੀ ਕੁਛ ਗੱਲਾਂ ਬਾਤਾਂ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨਗੇ। ਓਕੇ ਮਾਨਸਾ ਜਾਬ ਦੋਸਤੋ, ਇੱਕ ਨਹੀਂ ਦੋ ਦੋ ਸਰਪ੍ਰਾਈਜ਼ ਲੈ ਕੇ ਆਏ ਨੇ, ਅਤੇ ਦੂਸਰਾ ਸਰਪ੍ਰਾਈਜ਼ ਸਾਵਲ ਸਾਡੇ ਨਾਲ ਮੌਜੂਦ ਰਹੇਗਾ ਇਸ ਸ਼ੋਅ ਦੇ ਵਿੱਚ, ਲੇਕਿਨ ਇਸ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ।